सैटरडे और संडे वीकली सारे छुट्टी होंगी है, उस दिन बाजार च आना होंगे, उस दिन रौनक होंगी है और लॉकडाउन ला रहे हैं जी, वो चीज़ गलत हैगी है। मार्केट के वैसे ही कस्टमर जो बिल्कुल ना दे बराबर है, जो संडे बिल्कुल बंद हो जाएगा तो गरीब बंदा साढ़े वर्ग बंदा रोटी कितों खाएगा। मैं 5 साल बाद अपने देश मुड़ के आया, मैनू आने लगे भी यही डर लगता ही कि सामने पुलिस ना पैली। मैं नहीं कहता सारे पुलिस ही गलत आ, बट 100 चो हो सकता 2 शायद बहुत वधिया किस्मत रही तो 2 वो वधिया टक्कर जाएंगे, पर 98% थानू वही टक्करने आ। सेफ्टी कुछ भी नहीं आ, निक्कर मास्क हैगा यार, कई जगह पर निक्कर पाण के रोक देंगे। जिमें कि सैचरडे संडे लॉकडाउन लगा रहे हैं, इन्ना कोई हल होगा? बाकी 5 दिन करोना कितने है कि ये 2 दिन ही है करोना वास्ते? सरकार जो अपने सरकारी दायरे से धरने लाते हैं, मीटिंगा करते हैं, रैलियां करते हैं, उदो करोना नहीं होंगे? पहला तो अं कैप्टन साहब यही पूछना चाहते हैं कि उन्होंने को किड़ा ऐसा जेनवा जोड़ा उन्होंने दस दिता कि अप्रैल च करोना वध जूगा तो मई च घट जूगा? पिछले लॉकडाउन तो पहले मेरे को 8 मुंडे काम करते, अज एक मुंडा है, नहीं खर्चा चुक होंगे किदा करांगे? ਜਿਵੇਂ ਕੈਪਟਨ ਸਾਹਿਬ ਕਹਿ ਰਹੇ ਸੀ ਕਿ ਅਪ੍ਰੈਲ ਦੇ ਵਿੱਚ ਕਰੋਨਾ ਵੱਧ ਸਕਦਾ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਜੇ ਮਈ 'ਚ ਕਹਿੰਦੇ ਘੱਟ ਸਕਦਾ? ਕਿ ਕੈਪਟਨ ਸਾਹਿਬ ਨੇ ਕੋਈ ਮੂੰਹ ਨਹੀਂ ਸਿੱਧ ਕੀਤੀ, ਉਹ ਜਿਹੜੀ ਟਾਈਮ ਸਿਰ ਉਹਨਾਂ ਨੂੰ ਦੱਸ ਦਿੰਦੀ ਆਣ ਕਿ ਆਹ ਦਿਨਾਂ ਦੇ ਵਿੱਚ ਇੱਦਾਂ ਹੋਣਾ ਕਿ ਇੰਨੇ ਦਿਨਾਂ ਬਾਅਦ ਘੱਟ ਜਾਣਾ। ਹਲਚਲ ਟੂਡੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਅਨਮੋਲ ਪਦਮ। ਕੈਪਟਨ ਸਾਹਿਬ ਨੇ ਕੱਲ੍ਹ ਲਾਈਵ ਹੋ ਕੇ ਇਹ ਸੰਕੇਤ ਦਿੱਤੇ ਆ ਕਿ ਕਰੋਨਾ ਦੇ ਕੇਸਿਸ ਵੱਧਦੇ ਜਾ ਰਹੇ ਆ, ਉਸ ਨੂੰ ਮੱਦੇਨਜ਼ਰ 'ਤੇ ਰੱਖਦੇ ਹੋਏ ਵੀਕਲੀ ਲੋਕਡਾਊਨ ਲੱਗਣ ਦੇ ਆਸਾਰ ਨੇ। ਜੇ ਵੀਕਲੀ ਲੋਕਡਾਊਨ ਲੱਗਦਾ ਅਤੇ ਉਸ ਦੇ ਕਾਰਨ ਵਪਾਰੀਆਂ ਦੇ ਉੱਤੇ ਕੀ ਅਸਰ ਪੈਂਦਾ ਹੈ, ਆਓ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਬ੍ਰਦਰ ਕੀ ਨਾਮ ਹੈ? ਵਿਕਰਾਂਤ ਭਾਜੀ। ਸਰ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੇ ਲੋਕਡਾਊਨ ਦੁਬਾਰਾ ਲੱਗਦਾ? ਸਰ ਲੋਕਡਾਊਨ ਦਾ ਕੋਈ ਬੈਨੀਫਿਟ ਤਾਂ ਹੈ ਨਹੀਂ, ਨਾਈਟ ਦਾ ਕਰਫਿਊ ਆ, ਉਹਦਾ ਕੋਈ ਮੀਨਿੰਗ ਨਹੀਂ ਹੈਗਾ ਨਾਈਟ ਦਾ ਕਰਫਿਊ ਲਾਉਣ ਦਾ। ਪੂਰਾ ਦਿਨ ਜਿੱਦਾਂ ਮਾਰਕੀਟ 'ਚ ਕਰਾਊਡ ਹੁੰਦਾ ਵਾ, ਸੈਟਰਡੇ ਔਰ ਸੰਡੇ ਵੀਕਲੀ ਸਾਰਿਆਂ ਨੂੰ ਛੁੱਟੀ ਹੁੰਦੀ ਆ, ਉਸ ਦਿਨ ਬਾਜ਼ਾਰ 'ਚ ਆਉਣਾ ਹੁੰਦਾ, ਉਸ ਦਿਨ ਰੌਣਕ ਹੁੰਦੀ ਆ, ਔਰ ਲੋਕਡਾਊਨ ਲਾ ਰਹੇ ਆ ਜੀ, ਉਹ ਚੀਜ਼ ਗਲਤ ਹੈਗੀ ਆ। ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਕਿ ਸੈਟਰਡੇ ਸੰਡੇ ਲੋਕਡਾਊਨ ਨਹੀਂ ਹੋਣਾ ਚਾਹੀਦਾ। ਉਹ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਰ ਕੀ ਨਾਮ ਹੈ ਆਪਣਾ? ਜਸਮੀਤ। ਸਰ ਜਿਵੇਂ ਕਿ ਸਰਕਾਰ ਵੱਲੋਂ ਹਦਾਇਤਾਂ ਜਾਰੀ ਕਰ ਹੋ ਸਕਦੀਆਂ ਨੇ ਵੀਕਲੀ ਲੋਕਡਾਊਨ ਦੀਆਂ, ਪਰ ਕਈ ਵਪਾਰੀ ਜਿਹੜਾ ਜਿਹਨਾਂ ਦਾ ਕੰਮ ਹੈ ਉਹ ਚੱਲਦਾ ਹੀ ਵੀਕਲੀ ਹੁੰਦਾ ਹੈ, ਜਿਹੜੇ ਸੰਡੇ ਮਾਰਕੀਟ ਵਗੈਰਾ, ਠੀਕ ਆ, ਜੇ ਵੀ ਲੋਕਡਾਊਨ ਲੱਗਦਾ ਤਾਂ ਇਹਦੇ ਕਾਰਨ ਕੀ ਅਸਰ ਪਏਗਾ? ਸਰ ਮਾਰਕੀਟ ਦੇ ਵਿੱਚ ਵੈਸੇ ਹੀ ਕਸਟਮਰ ਆ ਬਿਲਕੁਲ ਨਾ ਦੇ ਬਰਾਬਰ ਆ, ਸੈਚਰਡੇ ਸੰਡੇ ਸਿਰ 'ਤੇ ਹੀ ਮਾਰਕੀਟ ਦਾ ਕੰਮ ਮਾੜਾ ਮੋਟਾ ਜਿਹੜਾ ਅਗਰ ਗੱਡੀ ਜਿਹੜੀ ਹੈਗੀ ਆ ਟਰੈਕ ਦੇ ਉੱਤੇ ਹੈਗੀ ਆ, ਜੇ ਸੰਡੇ ਬਿਲਕੁਲ ਬੰਦ ਹੋ ਜਾਏਗਾ ਤਾਂ ਗਰੀਬ ਬੰਦਾ ਸਾਡੇ ਵਰਗਾ ਬੰਦਾ ਰੋਟੀ ਕਿੱਥੋਂ ਖਾਏਗਾ? ਸੰਡੇ ਸਿਰ 'ਤੇ ਹੀ ਅਸੀਂ ਆਪਣੇ ਘਰਾਂ ਦੇ ਖਰਚੇ ਚਲਾ ਰਹੇ ਹਾਂ, ਮਾੜੇ ਮੋਟੇ ਜਿਹੜੇ ਖਰਚੇ ਆ ਉਹ ਸਿਰਫ ਸਾਡੇ ਸੰਡੇ ਦੇ ਸਿਰ 'ਤੇ ਹੀ ਨਿਕਲ ਰਹੇ ਆ, ਜੇ ਸੰਡੇ ਬੰਦ ਹੋ ਜਾਏਗਾ ਅਸੀਂ ਤਾਂ ਬਿਲਕੁਲ ਸਾਡਾ ਟੋਟਲ ਪੈਕਅਪ ਹੋ ਜਾਏਗਾ। ਸਰ ਜਿਵੇਂ ਕਿ ਕੈਪਟਨ ਸਾਹਿਬ ਦਾ ਮੰਨਣਾ ਇਹ ਹੈ ਕਿ ਜੇ ਕਰੋਨਾ ਦੀ ਚੈਨ ਨੂੰ ਤੋੜਨਾ ਅਤੇ ਸੰਡੇ ਅਤੇ ਸ਼ਨੀਵਾਰ ਦਾ ਲੋਕਡਾਊਨ ਲੱਗਣਾ ਬਹੁਤ ਜ਼ਰੂਰੀ ਹੈ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਸਰ ਮੈਨੂੰ ਪਹਿਲਾਂ ਤੁਸੀਂ ਇੱਕ ਗੱਲ ਦੱਸੋ ਕਿ ਬਾਕੀ ਦਿਨ 5 ਦਿਨ ਜਾਂ ਹਫ਼ਤੇ ਵਿੱਚ 7 ਦਿਨ ਹੁੰਦੇ ਆ, ਸੈਚਰਡੇ ਸੰਡੇ ਹੀ ਕਰੋਨਾ ਕਿਉਂ? ਇਸ ਤਰ੍ਹਾਂ ਦਾ ਕੁਛ ਨਹੀਂ ਹੈ, ਇਹ ਆਪਣੇ ਸੋ ਸਰਕਾਰ ਦੀ ਵੈਸੇ ਇੱਕ ਸੋਚ ਹੈ ਕਿ ਸੈਚਰਡੇ ਸੰਡੇ ਬੰਦ ਕਰਨੀ, ਇਸ ਤਰ੍ਹਾਂ ਦਾ ਕੁਛ ਨਹੀਂ ਹੈ। ਜੇ 5 ਦਿਨ ਬੰਦੇ ਮਿਲਦੇ ਤਾਂ 6ਵੇਂ 7ਵੇਂ ਦਿਨ ਵੀ ਵੈਸੇ ਹੀ ਮਿਲਦੇ ਆ 6ਵੇਂ, ਸੋ ਮੇਰੀ ਇਹ ਸੋਚ ਕਹਿੰਦੀ ਹੈ ਕਿ ਸਗੋਂ ਸੈਚਰਡੇ ਸੰਡੇ ਲੋਕ ਸਗੋਂ ਜ਼ਿਆਦਾ ਆਪਣੇ ਘਰ ਦੇ ਵਿੱਚ ਰੈਸਟ ਕਰਦੇ ਆ, ਕਿਉਂਕਿ ਛੁੱਟੀ ਹੁੰਦੀ, ਵੀਕਐਂਡ ਹੁੰਦਾ, ਲੋਕ ਆਪਣੇ ਘਰ ਦੇ ਰੈਸਟ ਕਰਦੇ, ਅੱਗੇ ਪਿੱਛੇ ਲੋਕ ਇੱਕ ਦੂਜੇ ਨੂੰ ਜ਼ਿਆਦਾ ਮਿਲਦੇ ਆ, 5 ਦਿਨ ਮਿਲਦੇ ਆ, 6ਵੇਂ 7ਵੇਂ ਹੁੰਦੇ ਹੀ ਲੋਕ ਆਪਣੇ ਕਹਿੰਦੇ ਘਰ ਦਾ ਕੰਮ ਕਰ ਲਈਏ, ਰੈਸਟ ਕਰ ਲਈਏ। ਮੇਰੀ ਇਹ ਸਮੰਨ ਹੈ ਕਿ ਸੰਡੇ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਮਾਰਕੀਟ ਵੈਸੇ ਹੀ ਬਿਲਕੁਲ ਖਾਲੀ ਹੁੰਦੀ ਹੈ, ਇਸ ਕਰਕੇ ਸੰਡੇ ਜ਼ਿਆਦਾ ਲੋਕ ਕਰ ਦਿੰਦੇ ਆ। ਆਓ ਅਸੀਂ ਇੱਕ ਦੁਕਾਨਦਾਰਾਂ ਦੇ ਨਾਲ ਕਸਟਮਰਾਂ ਨੂੰ ਵੀ ਪੁੱਛਦੇ ਹਾਂ, ਜੇ ਵੀਕਲੀ ਲੋਕਡਾਊਨ ਲੱਗਦਾ ਹੈ ਤਾਂ ਉਹਨਾਂ ਉੱਤੇ ਕੀ ਲੋਕਡਾਊਨ ਦਾ ਅਸਰ ਪੈਂਦਾ? ਬ੍ਰਦਰ ਜੇ ਵੀਕਲੀ ਲੋਕਡਾਊਨ ਲੱਗਦਾ ਹੈ ਸਰਕਾਰ ਵੱਲੋਂ, ਹਲੇ ਲੱਗਿਆ ਨਹੀਂ ਪਰ ਕਿਹਾ ਜਾ ਰਿਹਾ ਲੱਗ ਸਕਦਾ ਹੈ, ਜੇ ਲੱਗਦਾ ਉਹਦੇ ਕੀ ਪ੍ਰਭਾਵ ਪਏਗਾ? ਭਾਅ ਜੀ ਹੁਣ ਤੁਸੀਂ ਆਹੀ ਦੇਖ ਲਓ, ਮੈਂ ਫਿਲਹਾਲ ਮੈਂ ਨਿਊਜ਼ੀਲੈਂਡ ਤੋਂ ਆਇਆ ਹਾਂ, ਮੈਂ ਲੋਕਡਾਊਨ ਕਰਕੇ ਨਾ ਤਾਂ ਮੈਂ ਉੱਥੇ ਵਾਪਸ ਜਾ ਸਕਿਆ, ਹੁਣ ਤੱਕ 1 ਸਾਲ ਤੋਂ ਉੱਪਰ ਆਈ ਨੂੰ ਹੋ ਗਿਆ, ਨਾ ਕੋਈ ਕੰਮ ਕੁੰਮ ਹੈ। ਦੂਜੀ ਗੱਲ, ਮੈਂ 5 ਸਾਲ ਬਾਅਦ ਆਪਣੇ ਦੇਸ਼ ਮੁੜ ਕੇ ਆਇਆ, ਮੈਨੂੰ ਆਉਣ ਲੱਗੇ ਵੀ ਇਹੀ ਡਰ ਲੱਗਦਾ ਸੀ ਕਿਤੇ ਸਾਹਮਣੇ ਪੁਲਿਸ ਨਾ ਪੈ ਜਾਵੇ, ਕਿਉਂ ਉਦੋਂ ਵੀ ਇਹੀ ਡਰ ਸੀਗਾ ਕਿ ਬਈ ਸਾਹਮਣੇ ਪੁਲਿਸ ਆ ਗਈ, ਮੈਨੂੰ ਪੈਸੇ ਦੇ ਕੇ ਛੁੱਟਣਾ ਹੈ, ਅਤੇ ਉਹ ਹਾਲ ਹੁਣ ਮੈਂ ਦੇਖ ਲਿਆ ਲੋਕਡਾਊਨ 'ਚ ਹੀ।
हेलमेट मेरे को हैगा है, लाइसेंस मेरे को हैगा है, आरसी मेरे को हैगी है, मोटरसाइकिल मेरी है, लेके जा रहे हैं रोक दे कि हाँ भाई पिछले बंदे ने हेलमेट नहीं पाया जलंधर दे विच। मैं चाहवा तो उत्थे वीडियो बना लग पावा कि भाई किन्ने बंदे हेलमेट पा रहे हैं, भाई जे तुसीं कर दे ते वो रूल सारे लिए करो। दूजी गल एक जगह तो होर रोकया तो मैनू पुलिस वाला पता अगे की कहता पे भाजी लॉकडाउन लग्या वा 31 तरीक है साढ़े भी डंडा चढ़िया। यार इनू टारगेट ना रखो, चलान टारगेट रखने वाला नहीं है। जे थोड़ा साल च एक भी चलान नहीं होंदा इहदा मतलब ये आ कि भाई जनता सुधर रही है। पुलिस वालों ये लॉकडाउन का तो इन्ना तगड़ा बहाना मिल गया कि इन्हों कोई उ नहीं रहा कि भाई मास्क दे पैसे कैश है। मेरा चलान मैं मास्क नहीं पाया सी, मैं सर्विस मास्क लैन गया सर्विस तो मोटरसाइकिल नो मास्क नहीं पाया सी। वो कहिंदे 500 रुपये सानू दो मास्क नहीं पाया तुसीं। मैं कहा भाजी मेरे को इस वेले कैश है नहीं गा, कहिंदे एटीएम तो कढ़ा के दे दो। मैं कहा वो भी नहीं है, कहिंदे मैं कहा चलान कट दो कोई चक्कर नहीं। वो कहिंदे फिर मोटरसाइकिल का चलान कट दो। एक बारी मैं वीडियो बना के मैं थाने का नाम दस दिंदा, रामा मंडी थाने लैके गया सीगा मैं। SHO साहब नूं उत्थे बड़ी मुश्किल नाल डायरैक्ट तां मिल भी नहीं होया, एक बंदा विच सीगा उहनां दे करके मिल होया। मैं उहनां नूं कहा मैं कहा सर साडी गल तां सुण लो भाई, पुलिस जनता लई आ, गल तां सुण लो। वो गल नहीं सुनते, कहिंदा मैं तेरी गल सुणन नूं बैठा, ये वर्डिंग सीगी। मैं कहा वीडियो तां देख लो, जे मैं इत्थे पुलिस वालिआं नाल कोई औखा हो रहा। मैं कहा उत्थे SBI दा वो सीगा ATM, मैं कहा कैमरा उहदा इधर नूं सीगा। मैं कहा जे हैलमेट नहीं पाया ना कैमरे च तुसीं चैक कर लो। इस चक्कर च ना पुलिस गल सुनदी है, ये लॉकडाउन करके होर वध रही है ये चीज़। पहला भी सीगी, इनू आपां सीधे वर्ड च करप्ट जे कहीए गलत नहीं है। मैं नहीं कहिंदा सारे पुलिस ही गलत आ, बट 100 चों हो सकदा दो शायद बहुत वधिया किस्मत रही ते दो वो वधिया टक्कर जाणगे, पर 98% थानू उही टक्करने आ। ते एक तां पहला ही सीगा ये काम, तो लॉकडाउन करके तो एड्डा तगड़ा बहाना मिलिया कि बई कुछ नहीं है तो मास्क दा ला दो। यार तुसीं वधिया कानून बनाओ। एक बाहरले देशों वीर, मैं न्यूजीलैंड तो आया, पुलिस को ना एक रिकॉर्डर होंदा आ, उहदा की फायदा कि वह ना पुलिस का अजकल तुसीं ये देख सकते हो जे पुलिस गलत बोलूगी, पुलिस रोकण तो पहला वह ऑन करती है, पुलिस गलत बोलूगी पुलिस की गलती समझ लग जानी है, जे बंदा गलत है उहदी गलती समझ लग। ये क्यों नहीं दिंदे पुलिस नूं? उदा हज़ारां करोड़ां दी मूर्तियां बनाई जा रहे हैं, होर किन्ने वड्डे खर्चे करी जा रहे, वो अपनी एक तो पुलिस की भी सेफ्टी है। कोई अगे जे मैं सही हाँ, पर गलत बंदे भी बहुत होंगे है, जिन्हों का पता होंगे उन्हों का फॉल्ट है, पुलिस तो सारा इल्जाम पा देंगे। पुलिस जे सही होगी वह भी पता लगेगा, दूजी गल जे बंदे सही है उन्हों का भी पता लगेगा। यदा मतलब ये करप्शन उपर तो चली आ रही है, तो यदा फायदा सारे जने चक रहे हैं, एक छोटे अहदे तो लैके। सिर्फ पुलिस च नहीं है, ये हरेक उच्च आ। गैस सिलेंडर लैन चल जाओ, टाइम हो गया नहीं जी जान नहीं दें दे सकते, टाइम हैगा है, पर टाइम तो क्योंकि सही जगह पर गड्डी नहीं मिल रही, कुछ यहोजे काम हो रहे हैं लॉकडाउन के करके। सेफ्टी कुछ भी नहीं है। निकर मास्क हैगा है, कई जगह पर निकर पाने पर रोक देंगे, निकर तो करोना रुकना है या फैलना है, यहोजी चीज़ा हो रही। कारण जी कोरोना फैल रहा वा, अरे निकर तो कहड़ा कोरोना रुक जूगा या कहड़ा फैल जूगा। नुकसान कौन चक रहा? आम जनता नुकसान चक रही है। ये सही नहीं है, इनू सही करो, सिस्टम नू सुधारो। ये ना मैं सुधार सकदा ना और कोई आम लोगों चो, बट ये जिन्ना को पावर हैगी है, जेडे एक दिन च सारी करंसी नू खत्म करके नवी करंसी चला सकते हैं, वो कहड़ा कानून नहीं ला सकते हैं, कि चीज़ नू नहीं सल्यूशन प्रोवाइड कर सकते, कि प्रॉब्लम का वो कर सकते हैं, बट वो देखो क्यों नहीं कर रहे, क्यों नहीं करना चाहते। वो करन वो उन्हों का बनता है, जनता ने उन्होंने चुनिया वा, बट इस बारे कोई नहीं सोचता पा। हूँ असं आए हैं फर्स्ट स्टेप फुटवेयर के शोरूम च। सर की नाम है अपना? संदीप कौंसला। संदीप जी, जिमें कि अमरिंदर कैप्टन साहब ने यही संकेत दिता है कि करोना के चलद लॉकडाउन दोबारा लग सकता है शनि एतवार, उस बारे ते की विचार ने? सर जिमें कि सैचरडे संडे लॉकडाउन लगा रहे हैं, इन्ना कोई हल होगा? बाकी 5 दिन करोना कितने आ, कि ये 2 दिन ही है करोना वास्ते? सरकार जो अपने सरकारी दायरिया ते धरने लाते हैं, मीटिंगा करते हैं, रैलियां करते हैं, उदो करोना नहीं होंदा? कि प्राइवेट सैक्टर करोना होंदा, बाजारा च करोना होंदा वा? कैप्टन साहब नूं पुछा जावे कि करोना आम पब्लिक नाल ही फैलदा वा, सरकारी दायरे सारे खुले आ, उन्हां च कोई करोना नहीं फैलदा?
सर जिमें कि कैप्टन साहब ने कहा कि अप्रैल दे विच करोना अपील तक जा सकता है, मतलब कि बढ़ सकता है, तो मई विच घट सकता है, इस बारे अपना की विचार है? सर पहला तो अं कैप्टन साहब ने यही पूछना चाहते हैं कि उन्होंने को किहड़ा ऐसा जिनवा जिहड़ा उन्होंने दस दिंदा कि अप्रैल च करोना वध जूगा तो मई च घट जूगा। समझ नहीं आती सानू इस चीज़ की। यह करोना करोना वाला खेल सिर्फ व्यापारी वर्ग में मारा जा रहा वा। तुहानू जिवें कि पता कि पिछले साल भी लॉकडाउन लगा सीगा, उस चीज़ की मार अज भी झेलते हैं व्यापारी वर्ग, चाहे वह छोटा व्यापारी सी चाहे वह वड्डा व्यापारी सी, अज भी उस चीज़ की झेल रहे हैं। तो जे लॉकडाउन दोबारा लगा दिता जाएगा तो मैं तो यही कहूँगा कि आने वाले टाइम से व्यापारी वर्ग में मरण कंडे जाने वाला काम हो जूगा। सरकार अगर यही अपील है कि इस चीज़ का हल किया जाए, ना कि दुनिया को गुमराह किया जाए। सर की नाम है? मेरा नाम रवि गिल। रवि जी, जिमें कि दोबारा लॉकडाउन शनि ऐतवार लगन के दोबारा आसार ने, इस बारे तुहाडे की विचार ने? पहले देखो जो लॉकडाउन लग्या सीगा दुकानदारा दा काम कार तो पहले ही चौपट हो गया सी उस टाइम, क्योंकि यकदम ही इहो जी बीमारी आई जिहदा करके दुकाना बंद हो गई। तो व्यापारी वर्ग में इन्ना क नुकसान होया कि दुकाना बंद होने का करके घर का खर्चा जो इन्होंने कमेटियां कमूटियां चक्कियां हुई सी उन्होंने भी पैसे देने सीगे, क्योंकि हरेक दुकानदार की किसी फाइनांस वाले नाल सैटिंग हुंदी है, जिवें कि लैन देन बनया हुंदा है कि डेली उन्होंने माल चकना तो डेली उन्होंने माल की पेमेंट करनी। सो जो दुकाना 10-15 दिन लई बंद होणगियां उहदे बाद फिर उस चीज़ की प्रॉब्लम आती है कि उन्होंने पिछों माल आना बंद हो जाता है, जिमें कह दें एक जुबान खराब हो जाती है, क्योंकि बिजनेस के उतार चढ़ाव तो आते रहते, पर इस महामारी ने तो सारे इन्ना क हिला दिता हो कि दोबारा जे पैरों उत्ते खड़ना शुरू होए उहदे बाद हुण फिर सरकार सोचती पी है शनि ऐतवार का लॉकडाउन लगा दी। उन्होंने समय लॉकडाउन नहीं लगाना चाहिए, ये चीज़ा तो बचा दे लोगों मास्क बंडने चाहिए ने, जिन्ना क प्रचार कर सकते कि दूरी बना के रखो वो चीज़ करने चाहिए है। लॉकडाउन कोई हल नहीं होना, क्योंकि पहले ही ये मरे हुए थे, क्योंकि पिछली बार जो लॉकडाउन होया लोगों के घर राशन सरकार नू राशन तक पहुँचाना चाहिए सी, स्कूल दियाँ फीसा माफ करने चाहिए ही, बिजली के बिल माफ करने चाहिए ही। लॉकडाउन का करके दुकाना भी बंद, उत्तों घर रहना पूरा दिन, और बाद बिजली ज़्यादा खपत होनी, वो बाद बिल एडे व्डे व्डे भेज देने, या तो सरकार ने बिजली के बिल बंद खत्म करने चाहिए सके, उन्ने टाइम के माफ़ कर देने चाहिए सके, क्योंकि ये सारे व्यापारी वर्ग जो कि सरकार को टैक्स दिंदी है, जो टैक्स का फैद देन का फायदा ही नहीं इन्हों देना, तो फिर सरकार अपन कुर्सियां का वोटा वेले लोगों को वोट मंगन का भी नहीं फायदा, जबकि जो आप सरकार को टैक्स देंदे तो सरकार भी अपन फैसिलिटी दे। इस माड़े टाइम के व्यापारी वर्ग के नाल उदा ही खड़ना चाहिए सी, क्योंकि पिछली बार भी जोड़े दुकानदार ने 4-5 मुंडे रखे हुए थे या किसी को 7 से, उन्होंने हौली हौली करके मुंडे भी घटाने शुरू कर दते, उन्हों का भी रोज़गार गया। और बाद हूँ दोबारा जे लॉकडाउन लाते हैं जोड़े इन्होंने को मुंडे इन्हों 2-4 रह गए इन्होंने वो भी कड़ते हैं, क्यों भाई सही है ना वो चीज़? सही कह रहे सर, पिछले लॉकडाउन तो पहले मेरे को 8 मुंडे काम करते, अज एक मुंडा है, नहीं खर्चा चुक हों कि करा, और पिछले 3 महीने लॉकडाउन कड़ा लगे 2.5-3 महीने का, सूँ 1.5 साल पिछले जाना पे, हूँ 15 दिन का लाते तो सूँ 3-4 महीने फिर बैक जाना पैना, पहली रिकवरी हुई नहीं उत्तों फिर नवी रिकवरी वास्ते सूँ तैयार करते पे, किस वजह करके? सर जिमें कैप्टन साहब कह रहे थे कि अप्रैल के करोना वध सकता, इस बारे तुहाडे की विचार ने कि जे मई च कहिंदे घट सकता है? सर इन्हों ज़्यादा नॉलेज है, ये डॉक्टर है, कि पता अप्रैल के वध जाऊंगा या मई के घट जाऊंगा, इदा लगता है कि कैप्टन साहब ने कोई मूँह नहीं सिद्ध की हो जी, टाइम सिर उन्होंने दस दें आन के आ दिन इदा होना कि इन्ने दिन बाद घट जाना। एक चीज़ ये दसो कैप्टन साहब को किसान अंदोलन का तो कोई हल होया नहीं, जे वो हल करन वाले होंदे पहले किसानी मुद्दा खत्म कर दे, क्योंकि सारे पंजाब के पिंडा पुंड वाले जो कि धरनों उत्ते जाके बैठे सारा व्यापार उन्होंने सिर पर होंगे, क्योंकि वह दिहाड़ियां करते हैं, वो बाद उ लोग इतने आते हैं बाजार के बूट लैके जाते, कपड़े लैके जाते, घड़ियाँ होर भी जो उन्हों जरूरत होंगे समान लैके जाते हैं, उसी उ पैसा सारा घूम घुमा के दोबारा इदा ही रिपीट ही होंगे आ कि सारे तो दिल्ली जाके बैठे आ। जे कैप्टन साहब ने हल ही कड़ना पहले उन्हों का क्ड के उन्होंने तो वापस लैके आन, फिर ही पंजाब का व्यापार आ जोड़ा वो सही होना आ। इदा ही कैप्टन साहब सोचते रहे कि मई अप्रैल के जाके वध जाना, मई च जाके घट जाना, इदा नहीं है, ये बीमारी आई है, यदा हल जो एक मास्क तो उन्होंने कहा ही होया जो सरकार हिदायत है, मास्क सैनिटाइजर जो सोशल डिस्टेंस रखना वो चीज़ तो चलो जेन्युइन हैगी हैगी है, टीकाकरण तो लोग इन्ना डर रहे हैं कि कई लोग ये सोचते पे ने कि जे टीका लवा लिया कईयों बुखार चढ़ता इदा उदा के जो गलत विचार है उस पर सरकार ने भी पुष्टि दी है कि टीकाकरण करना चाहिए,
ਸੋ ਜੋ ਲੋਕਾਂ ਦੇ ਮਨਾਂ ਦੇ ਵਿੱਚ ਟੀਕਾਕਰਨ ਨੂੰ ਲੈ ਕੇ ਡਰ ਆ, ਪਹਿਲੇ ਸਰਕਾਰ ਨੂੰ ਉਹ ਚੀਜ਼ ਕੱਢਣੀ ਚਾਹੀਦੀ ਆ ਕਿ ਉਹ ਕੱਢ ਕੇ ਘਰ ਘਰ ਜਾ ਕੇ ਟੀਕੇ ਲਾਉਣ, ਜੇ ਤਾਂ ਪੰਜਾਬ ਦੇ ਵਿੱਚ ਉਹ ਕਰੋਨਾ ਭਜਾਉਣਾ ਹੈ। ਅੱਬਲ ਕਿ ਲੋਕ ਇੱਕ ਲੋਕਾਂ ਦੀ ਸੋਚ ਇਹ ਬਣੀ ਹੋਈ ਆ ਕਿ ਕਰੋਨਾ ਕਰੂਨਾ ਕੁਛ ਨਹੀਂ ਹੈਗਾ, ਸਿਰਫ ਕਿਸਾਨੀ ਅੰਦੋਲਨ ਨੂੰ ਖਰਾਬ ਕਰਨ ਦੇ ਲਈ ਇਹ ਦੁਬਾਰਾ ਪੰਜਾਬ ਦੇ ਵਿੱਚ ਕਰੋਨਾ ਆ। ਪੰਜਾਬ 'ਚ ਅਤੇ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਪਾਏ ਗਏ ਆ, ਜਦਕਿ ਇਹ ਇੱਕ ਚੀਜ਼ ਇਹ ਵੀ ਲੋਕ ਕਹਿ ਰਹੇ ਨੇ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਆ, ਮਹਾਰਾਸ਼ਟਰ 'ਚ ਕਾਂਗਰਸ ਦੀ ਤਾਂ ਸ਼ਿਵ ਸੈਨਾ ਦੀ ਮਿਲ ਕੇ ਬਣੀ ਆ, ਉੱਥੇ BJP ਸਰਕਾਰ ਹੈ ਨਹੀਂ, ਸਭ ਤੋਂ ਜ਼ਿਆਦਾ ਕੇਸ ਵੀ ਉੱਥੇ ਨਿਕਲਦੇ ਪਏ ਨੇ। ਜੇ ਤਾਂ ਸਰਕਾਰ ਹੀ ਸੁੱਟਣੀ ਆ, ਜੇ ਇਹਨਾਂ ਨੇ ਕੁਰਸੀ ਲਈ ਖੇਡਣਾ ਹੈ ਤਾਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਨਾ ਤਾਂ ਖੇਡਣ, ਲੋਕਾਂ ਦਾ ਵਪਾਰ ਸਾਰਾ ਕੁਛ ਮਰ ਗਿਆ ਆ, ਉਹਦੇ ਬਾਰੇ ਵੀ ਸੋਚਣਾ ਚਾਹੀਦਾ ਸਰਕਾਰ ਨੂੰ। ਲੋਕਡਾਊਨ ਪੰਜਾਬ 'ਚ ਹੈਗਾ, ਜਿੱਥੇ ਇੱਥੋਂ ਇਲੈਕਸ਼ਨ ਹੋ ਰਹੇ ਆ ਉੱਥੇ ਲੋਕਡਾਊਨ ਨਹੀਂ ਹੈਗਾ। ਪਿੱਛੇ ਕੇਜਰੀਵਾਲ ਸਾਹਿਬ ਆਏ ਆ, ਕਿੰਨੇ ਪਬਲਿਕ ਸੀਗੀ, ਉਦੋਂ ਲੋਕਡਾਊਨ ਨਹੀਂ ਲਾ ਸਕਦੇ ਸੀਗੇ, ਉਦੋਂ ਬਿਮਾਰੀ ਨਹੀਂ ਸੀ ਹੈਗੀ, ਬਿਮਾਰੀ ਹੈ। ਦੇਖੋ ਤੁਸੀਂ ਕਹਿੰਦੇ ਹੋ ਵੀ ਆਪਾਂ ਮਾਸਕ ਲਾਓ, ਠੀਕ ਹੈ ਜ਼ਰੂਰੀ ਹੈ, ਤੁਸੀਂ ਖਜ਼ਾਨਾ ਭਰਨ ਵਾਸਤੇ ਮਾਸਕ ਦਾ 1,000 ਰੁਪਏ ਚਲਾਨ ਕੱਟਦੇ ਪਏ ਹੋ, ਕਿਸ ਵਜ੍ਹਾ ਨਾਲ? ਗਰੀਬ ਬੰਦਾ ਮਰਨ ਵਾਸਤੇ ਕੋਈ ਤੁਹਾਨੂੰ, ਤੁਸੀਂ ਦੇਖਿਆ ਸ਼ੋਕਰ ਦੇ ਕਿਤੇ ਚਲਾਨ ਹੋਇਆ, ਸ਼ੋਕਰ ਮਰਿਆ ਕੋਈ? ਕੋਈ ਨਹੀਂ ਮਰਦਾ ਪਿਆ, ਗਰੀਬ ਸ਼ੋਕਰ ਕੋਈ ਨਹੀਂ ਮਰਦਾ। ਸ਼ੋਕਰ ਅਗਰ ਪੈਸੇ ਹੈਗੇ ਆ, ਜੇ ਲੋਕਡਾਊਨ ਲਾਉਂਦੇ ਆ ਉਹਨਾਂ ਨੇ ਖਾਈ ਪੀ ਜਾਣਾ, ਮਰਨਾ ਗਰੀਬ ਨੇ ਹੈ। ਐਂਡ ਤਾਂ ਹੋਣਾ ਕੀ ਹੈ, ਲੁੱਟਮਾਰ ਸ਼ੁਰੂ ਹੋ ਜਾਣੀ ਹੈ, ਖੋਬ ਸ਼ੁਰੂ ਹੋ ਜਾਣੀ ਹੈ, ਫਿਰ ਸਰਕਾਰ ਨੂੰ ਅੱਖਾਂ ਖੁੱਲ੍ਹਣੀਆਂ ਹੋ ਕੀ ਰਿਹਾ? ਉਹਦਾ ਕੋਈ ਮਸਲਾ ਨਹੀਂ, ਲੋਕਡਾਊਨ ਕੋਈ ਮਸਲਾ ਨਹੀਂ ਗਾ, ਕਾਰੋਬਾਰ ਕਰਨ ਦੇ ਲੋਕਾਂ ਨੂੰ ਜਿਹੜੀ ਕਰਦੇ ਆ, ਹਾਂ ਥੋੜ੍ਹਾ ਟਾਈਮ ਜਿਹਾ ਡਿਸਟੈਂਸ ਉਹ ਐਡਜਸਟਮੈਂਟ ਕਰ ਲੈਣ, ਹੋ ਸਕਦਾ। ਪਰ ਬਿਮਾਰੀ ਹੈਗੀ ਆ, ਅਸੀਂ ਇਹਨਾਂ ਕਹਿੰਦੇ ਬਿਮਾਰੀ ਨਹੀਂ, ਬਿਮਾਰੀ ਹੈਗੀ ਹੈ, ਪਰ ਉਹਦਾ ਹੱਲ ਹੈ ਲੋਕਡਾਊਨ ਨਹੀਂ ਹੈਗਾ, ਉਹਦਾ ਹੱਲ ਹੈ ਤਰੀਕੇ ਨਾਲ ਕੱਢਿਆ ਜਾਵੇ, ਵੀ ਕਾਰੋਬਾਰ ਵੀ ਕੀਤਾ ਜਾਵੇ, ਲੋਕਾਂ ਦੇ ਬੱਚੇ ਵੀ ਭੁੱਖੇ ਨਾ ਰਹਿਣ, ਹਰ ਚੀਜ਼ ਹੋਵੇ। ਪਰ ਇੱਦਾਂ ਨਹੀਂ ਹੋਣਾ ਚਾਹੀਦਾ ਵੀ ਲੋਕਡਾਊਨ ਲਾ ਦਈਏ, ਦੁਕਾਨਾਂ ਬੰਦ ਕਰ ਦਈਏ, ਗਰੀਬ ਬੰਦਾ ਕਿੱਥੇ ਜਾਏਗਾ, ਭੁੱਖਾ ਮਰੇਗਾ? ਇਸ ਪਹਿਲਾਂ ਸਰਕਾਰ ਨੂੰ ਚਾਹੀਦਾ ਕਿ ਪਬਲਿਕ ਦਾ ਸੋਚੇ, ਪਬਲਿਕ ਕੀ ਚਾਹੁੰਦੀ ਹੈਗੀ ਹੈ, ਕਿੱਦਾਂ ਐਡਜਸਟਮੈਂਟ ਹੋਣੀ ਹੈ। ਜੇ ਤੁਸੀਂ ਲੋਕਡਾਊਨ ਲਾਓ, ਹਰ ਪਬਲਿਕ ਦੇ ਘਰ ਤੁਸੀਂ ਮਹੀਨੇ 10,000 ਰੁਪਏ ਭੇਜੋ, ਜਿਹੜਾ ਮਾੜਾ ਬੰਦਾ ਹਰ ਕਿਸੇ ਘਰ 10,000 ਭੇਜੋ, ਸਰਕਾਰ ਭੇਜੇ ਵੀ ਅਗਲਾ ਰੋਟੀ ਪਾਣੀ ਖਾਵੇ, ਨਹੀਂ ਭੇਜਣਾ ਇਕੱਲੇ ਇਕੱਲੇ ਬੰਦੇ ਘਰ ਆਟਾ ਰਾਸ਼ਨ ਪੂਰਾ ਦੇਵੇ। ਪਿਛਲੀ ਲੋਕਡਾਊਨ ਲੱਗਿਆ ਕਿ ਇਹਨੂੰ 5 ਕਿਲੋ ਆਟਾ ਮਿਲਿਆ, ਮਹੀਨੇ 'ਚ 5 ਕਿਲੋ ਆਟਾ ਚੱਲਦਾ, ਜਿਸ ਬੰਦੇ ਘਰ ਦੇ ਮੈਂਬਰ 10 ਹੈਗੇ ਆ, 5 ਕਿਲੋ ਆਟੇ ਨਾਲ ਘਰ ਦਾ ਗੁਜ਼ਾਰਾ ਹੋ ਜਾਂਦਾ? ਨਹੀਂ ਹੁੰਦਾ। ਮੇਰੇ ਘਰ ਦੇ ਨਾਲ 4 ਘਰ ਸੀਗੇ ਮਾਰੇ ਭੁੱਖੇ ਸੁੱਤੇ 3 ਦਿਨ, ਮੱਲੇ ਉਹਨਾਂ ਨੇ ਪੈਸੇ ਪਾ ਕੇ ਉਹਨਾਂ ਰਾਸ਼ਨ ਪਾਣੀ ਪਾ ਕੇ ਦਿੱਤਾ ਹੈਗਾ। ਕਿ ਸਰਕਾਰ ਨੇ ਤਾਂ ਕੁਛ ਨਹੀਂ ਦਿੱਤਾ, ਸਰਕਾਰ ਕੁਛ ਨਹੀਂ ਕਰ ਸਕਦੀ, ਸਰਕਾਰ ਸਿਰਫ ਕੁਰਸੀ ਪਿੱਛੇ ਲੱਗੀ ਹੋਈ ਹੈ ਵੀ ਇੱਥੇ ਇਹ ਕਰਦੀ, ਇੱਥੇ ਕਰਦੀ, ਕੁਰਸੀ ਵਿੱਚ ਸਭ ਕੁਛ ਸਿਆਸਤ ਹੈਗੀ ਮਾਰੇ, ਸਰਕਾਰ ਡੇਗਣੀ ਹੈ, ਉਹ ਡੇਗਣੀ, ਸਰਕਾਰ ਨਾਲ ਲੜੋ, ਅਸੀਂ ਲੋਕਾਂ ਨੂੰ ਕੋਈ ਦੁਖੀ ਕਰਦੇ ਪਏ, ਸਰਕਾਰ ਨਾਲ ਲੜੋ, ਜੇ ਹਿੰਮਤ ਸਰਕਾਰ ਨੇ, ਸਰਕਾਰ ਨਾਲ ਲੜੋ। ਹੁਣ ਕਹਿੰਦੇ ਇੱਥੇ, ਕਹਿੰਦੇ ਡੀ ਸੀ ਸਾਹਿਬ ਕਹਿੰਦੇ ਪਏ ਆ ਕਰਨਾ, ਉਹ ਡੀ ਸੀ ਸਾਹਿਬ ਨੂੰ ਪੁੱਛੋ ਘਰ ਦਾ ਰੋਟਾ ਰਾਸ਼ਨ ਵਾਲੀ ਸੀ ਪੱਕ ਜਾਣਾ, ਕੀ ਕੀਤਾ ਉਹਨਾਂ ਨੇ? ਉੱਥੇ ਬੈਠੇ ਮੀਟਿੰਗਾਂ ਕਰੀ ਜਾਂਦੇ ਆ, ਕੋਈ ਹੱਲ ਨਹੀਂ ਹੈਗਾ। ਹੱਲ ਇਹ ਆ ਕਿ ਪਬਲਿਕ ਦੇ ਨਾਲ ਤੁਰੋ, ਪਬਲਿਕ ਦੇਖੋ ਕੀ ਹਾਲ, ਪਬਲਿਕ ਦੇ ਘਰਾਂ 'ਚ ਕੀ ਹਾਲ ਆ। ਤੁਸੀਂ ਕਹਿੰਦੇ ਲੋਕਡਾਊਨ ਦੁਨੀਆ ਭੁੱਖੀ ਮਰਦੀ ਹੈ, ਉਹ ਦੁਨੀਆ ਉੱਦਾਂ ਮਰ ਜਾਣੀ ਹੈ, ਲੋਕਡਾਊਨ ਨਾਲ ਕੀ ਮਰਨਾ, ਉਹਦੇ ਨਾਲ ਕੀ ਕਰੋਨਾ ਨਾਲ ਕੀ ਮਰਨਾ, ਉਹਦੇ ਮਰ ਜਾਣੀ ਹੈ। ਰੋਜ਼ ਬੰਦੇ ਨਹੀਂ ਮਰਦੇ, ਰੋਜ਼ ਐਕਸੀਡੈਂਟ ਨਹੀਂ ਹੁੰਦੇ, ਲੱਖਾਂ ਦੁਨੀਆ ਰੋਜ਼ ਮਰਦੀ, 1 ਮਿੰਟ ਬਾਅਦ ਬੰਦਾ ਮਰਦਾ, 1 ਮਿੰਟ ਬਾਅਦ ਬੰਦਾ ਜਿੰਦਾ। ਤੁਸੀਂ ਕਰੋਨਾ ਟੈਸਟ ਕਿਤੇ ਹੋਏ ਆ, ਤੁਸੀਂ ਦਿਖਾਓ ਲਿਸਟ ਕੱਢੋ ਉਹਦੀ, ਕਿੰਨੇ ਬੰਦੇ ਮਰੇ ਆ? ਉਨੇ ਬੰਦੇ ਨਹੀਂ ਮਰੇ ਜਿੰਨੇ ਰੋਜ਼ ਮਰਦੇ ਹੈਗੇ ਆ, ਜੈਨੂਨ ਮਰਦੇ ਆ, ਉਸ ਤੋਂ ਘੱਟ ਮਰੇ ਕਰੋਨਾ 'ਚ। ਇੱਕ ਅਫਵਾਹ ਚਲੋ ਜੋ ਮਰਜ਼ੀ ਸੀ ਕਹਿ ਲਓ, ਇਹ ਸਿਰਫ ਸਟੰਟ ਹੈਗਾ ਸੀਟ ਬਚਾਉਣ ਦਾ, ਪਾਰਟੀ ਬਾਜੀ ਦਾ, ਜੋ ਵੀ ਹੈਗਾ, ਇਹਦਾ ਕੋਈ ਹੱਲ ਨਹੀਂ ਹੈਗਾ। ਲੋਕਡਾਊਨ ਕੋਈ ਹੱਲ ਨਹੀਂ ਹੈਗਾ ਸਰ ਜੀ, ਇਹਦਾ ਕੰਮ ਕਾਰ ਕਰਨ ਦਿਓ। ਪਬਲਿਕ ਨੂੰ ਲੋਕ ਕਿੱਦਾਂ ਐਡਜਸਟਮੈਂਟ ਕਰਦੇ ਪਏ, ਆਪਣੇ ਕਿੱਦਾਂ ਘਰ 'ਚ ਤੋੜਦੇ ਪਏ ਆ, ਮੁਸ਼ਕਲ ਹੈਗਾ। ਜੇ ਲੋਕਡਾਊਨ ਬਹੁਤ ਮੁਸ਼ਕਲ ਹੋਏਗਾ, ਮੈਂ ਸਰਕਾਰ ਨੂੰ ਅਰਜ਼ ਕਰਾਂਗਾ, ਲੋਕਡਾਊਨ ਕੋਈ ਹੱਲ ਨਹੀਂ ਹੈਗਾ, ਦੁਨੀਆ ਦੇ ਨਾਲ ਤੁਰੋ, ਦੁਨੀਆ ਦੇ ਹਾਲ ਪੁੱਛੋ ਕੀ ਹੈਗੇ ਆ, ਬਸ ਇਹ ਹੀ ਹੈ। ਜੇ ਤੁਸੀਂ ਕਹਿੰਦੇ ਬਿਮਾਰੀ ਹੈਗੀ ਹੈ, ਉਹਦਾ ਡਿਸਟੈਂਸ ਜੋ ਵੀ ਤੁਸੀਂ ਹੈ, ਉਹ ਤੁਸੀਂ TV 'ਤੇ ਜੋ ਨਿਊਜ਼ ਦਿਓ ਲੋਕ ਕਰੋ, ਹੱਲ ਇਹੀ ਹੈਗਾ। ਮੈਡੀਸਨ ਲਿਆਓ, ਮੈਡੀਸਨ ਦਿਓ ਬੱਚਿਆਂ ਘਰ ਜਾ ਕੇ, ਮੈਡੀਸਨ ਦਿਓ, ਇਕੱਲੇ ਇਕੱਲੇ ਘਰ ਜਾਓ। ਤੁਸੀਂ ਕਹਿੰਦੇ ਬੂੰਦਾ ਪਿਓ, ਜਾਂਦੇ ਇਕੱਲੇ ਇਕੱਲੇ ਘਰ ਬੱਚਿਆਂ ਬੂੰਦਾ, ਇੱਦਾਂ ਇਕੱਲੇ ਇਕੱਲੇ ਘਰ ਜਾ ਕੇ ਟੀਕਾਕਰਨ ਕਰੋ। ਉਸ ਤੋਂ ਕਹਿ ਠੀਕ ਹੈ, ਬੱਚੇ ਡਰਦੇ, ਬੰਦੇ ਡਰਦੇ ਹੈਗੇ, ਟੀਕਾ ਡਰਦੇ, ਹੋ ਸਕਦਾ ਕੋਈ ਕਹਿੰਦੇ ਬਿਮਾਰ ਹੋ ਗਿਆ, ਕੋਈ ਕਹਿੰਦਾ ਇਹ ਡਰ ਹੈਗਾ, ਅਸੀਂ ਕਹਿੰਦੇ ਡਰ ਹੈਗਾ। ਤੁਸੀਂ ਇਕੱਲੇ ਇਕੱਲੇ ਘਰ 'ਚ ਬੂਹਾ ਖੜਕਾਓ, ਤੁਹਾਡੇ ਕਿੰਨੀ ਦੁਨੀਆ ਤੁਹਾਡੇ ਕੋਲ, ਇੰਨੇ ਤੁਹਾਡੇ ਕੋਲ ਜਿਹੜੇ ਅਫਸਰ ਹੈਗੇ ਆ, ਤੁਸੀਂ ਲਾਓ ਉਹਨਾਂ ਨੂੰ ਡਿਊਟੀ, ਲਾਓ ਉਹਨਾਂ ਦੀ, ਉਹ ਬੈਠੇ ਘਰ ਖਾਈ ਜਾਂਦੇ ਆ, ਅਸੀਂ ਅਫਸਰ ਹੈਗੇ ਹਾਂ ਜੀ, ਅੱਗੋਂ ਦੁਨੀਆ ਡਰਾਈ ਜਾਂਦੇ ਪਏ ਆ, ਲੋ ਆਪਣੇ ਖਜ਼ਾਨੇ ਭਰੀ ਜਾਂਦੇ, ਮਾੜੇ ਬੰਦੇ ਨੂੰ ਖਵਾਈ ਜਾਂਦੇ ਪਏ ਆ। ਭਾਈ ਇਹਦਾ ਹੱਲ ਕੋਈ ਨਹੀਂ, ਹੱਲ ਇਹੀ ਹੋਈ ਹੈ ਕਿ ਤਰੀਕੇ ਨਾਲ ਚੱਲਣ, ਕੋਈ ਕੰਮ ਤਰੀਕੇ ਨਾਲ ਕਰਨ। ਬਿਮਾਰੀ ਹੈਗੀ, ਅਸੀਂ ਕਹਿੰਦੇ ਹੈਗੀ ਹੈ, ਪਰ ਬਿਮਾਰੀ ਨਾਲ ਬੰਦੇ ਬਹੁਤ ਨਹੀਂ ਮਰੇ, ਜਿੱਦਾਂ ਉੱਦਾਂ ਐਕਸੀਡੈਂਟ 'ਚ ਮਰਦੇ ਹੈਗੇ ਆ।
ਬਿਮਾਰੀ ਨਾਲ ਬੰਦੇ ਬਿਮਾਰ ਜ਼ਰੂਰ ਹੋਏ ਆ, ਪਰ ਹੱਲ ਵੀ ਕਰਨ, ਸਰਕਾਰ ਨਹੀਂ ਹੱਲ ਕਰਨਾ। ਅਸੀਂ ਹੁਣ ਵਪਾਰੀਆਂ ਨਾਲ ਗੱਲ ਕੀਤੀ ਹੈ, ਉਹਨਾਂ ਦਾ ਕਹਿਣਾ ਇਹੀ ਹੈ ਕਿ ਲੋਕਡਾਊਨ ਕਰੋਨਾ ਦਾ ਹੱਲ ਨਹੀਂ ਹੈ। ਅਸੀਂ ਇਸੇ ਤਰ੍ਹਾਂ ਹੋਰ ਵੀ ਤੁਹਾਡੇ ਅੱਗੇ ਅਪਡੇਟਸ ਲਿਆਉਂਦੇ ਰਹਾਂਗੇ, ਜੁੜੇ ਰਹੋ ਹਲਚਲ ਟੁਡੇ ਦੇ ਚੈਨਲ ਦੇ ਨਾਲ। ਮੈਂ ਅਨਮੋਲ ਪਦਮ, ਕੈਮਰਾਮੈਨ ਸ਼ੁਭਮ ਗਿੱਲ ਦੇ ਨਾਲ, ਹੁਣ ਮੈਨੂੰ ਦਿਓ ਇਜਾਜ਼ਤ।